ਤੁਸੀਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮਾਈਸੈਲਫ ਦੀਪਤੀ ਸ਼ਰਮਾ, ਲੈਕਚਰਰ ਇਲੈਕਟ੍ਰੋਨਿਕਸ ਫਰੋਮ ਗਵਰਨਮੈਂਟ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ। ਟੁਡੇ ਆਈ ਐਮ ਬੇਸਿਕਲੀ ਪ੍ਰੈਜੈਂਟਿੰਗ ਲੈਕਚਰਸ ਔਨ ਡਿਜੀਟਲ ਇਲੈਕਟ੍ਰੋਨਿਕਸ। ਵੀ ਡਿਜੀਟਲ ਇਲੈਕਟ੍ਰੋਨਿਕਸ ਸਾਡੀ ਕੀ ਹੁੰਦੀ ਹੈ, ਕਿੱਥੇ ਯੂਜ਼ ਹੁੰਦੀ ਹੈ, ਅਤੇ ਇਹਦੇ ਵੇਰੀਅਸ ਜਿਹੜਾ ਤੁਹਾਡਾ ਸਿਲੇਬਸ ਹੈ ਉਹਦੇ ਅਕੋਰਡਿੰਗਲੀ ਕੀ ਸਾਡੇ ਸਿਲੇਬਸ 'ਚ ਹੈਗਾ ਆ, ਉਹ ਮੈਂ ਇਸ ਸਲਾਈਡ 'ਚ ਕਵਰ ਕੀਤਾ ਹੈ। ਇਹ ਮੇਰਾ ਲੈਕਚਰ ਨੰਬਰ 1 ਹੈ। ਹੁਣ ਅਸੀਂ ਦੇਖਦੇ ਹਾਂ ਬੇਸਿਕ ਇੰਟਰੋਡਕਸ਼ਨ ਆਫ ਸਬਜੈਕਟ, ਵੀ ਸਾਡੇ ਜਿਹੜਾ ਇਹ ਸਬਜੈਕਟ ਹੈ ਡਿਜੀਟਲ ਇਲੈਕਟ੍ਰੋਨਿਕ, ਇਸ 'ਚ ਕੀ ਹੈ ਨਾ। ਜਿਹੜੀ ਸਾਡੀ ਫਸਟ ਯੂਨਿਟ ਹੈ ਇਹ ਹੈਗੀ ਹੈ ਬੇਸਿਕ ਇੰਟਰੋਡਕਸ਼ਨ, ਵੀ ਡਿਜੀਟਲ ਸਿਗਨਲਸ ਕੀ ਹੁੰਦੇ ਨੇ, ਐਨਾਲੋਗ ਸਿਗਨਲਸ ਕੀ ਹੁੰਦੇ ਨੇ, ਇਹ ਸਾਰੀਆਂ ਚੀਜ਼ਾਂ। ਉਸ ਤੋਂ ਬਾਅਦ ਹੈਗਾ ਸਾਡਾ ਨੰਬਰ ਸਿਸਟਮ। ਨੰਬਰ ਸਿਸਟਮ 'ਚ ਆਏਗਾ ਸਾਡੀਆਂ ਜਿਵੇਂ ਨੰਬਰ ਸਿਸਟਮਸ ਹੁੰਦੇ ਨੇ, ਬਾਇਨਰੀ ਨੰਬਰ ਸਿਸਟਮ ਹੋ ਗਿਆ, ਅਤੇ ਹੈਕਸਾਡੈਸੀਮਲ ਹੋ ਗਿਆ, ਓਕਟਲ ਹੋ ਗਿਆ, ਡੈਸੀਮਲ ਸਿਸਟਮ ਹੋ ਗਿਆ, ਇਹ ਕੀ ਹੁੰਦੇ ਨੇ, ਅਤੇ ਇਹਨਾਂ ਦੀ ਕਨਵਰਜਨਸ ਵੀ ਤੁਸੀਂ ਬਾਇਨਰੀ ਤੋਂ ਹੈਕਸਾ 'ਚ ਕਰਨਾ ਹੈ, ਹੈਕਸਾ ਤੋਂ ਬਾਇਨਰੀ 'ਚ ਕਰਨਾ ਹੈ, ਓਕਟਲ ਨੰਬਰ ਸਿਸਟਮ ਨੂੰ ਤੁਸੀਂ ਬਾਇਨਰੀ 'ਚ ਕਰਨਾ ਹੈ, ਅਤੇ ਵਾਈਸ ਵਰਸਾ। ਇਸ ਤੋਂ ਬਾਅਦ ਹੈਗਾ ਸਾਡਾ ਸੈਕਿੰਡ ਟੋਪਿਕ ਇਸ ਦਾ, ਦੈਟ ਇਜ਼ ਅਰਥਮੈਟਿਕ ਓਪਰੇਸ਼ਨਸ। ਅਰਥਮੈਟਿਕ ਓਪਰੇਸ਼ਨਸ 'ਚ ਹੋਏਗਾ ਵੀ ਤੁਸੀਂ ਨੰਬਰਸ ਨੂੰ ਐਡ ਕਰਨਾ ਹੈ, ਜਾਂ ਤੁਸੀਂ ਸਬਟ੍ਰੈਕਟ ਕਰਨਾ ਹੈ, ਜਾਂ ਫਿਰ ਤੁਸੀਂ ਮਲਟੀਪਲੀਕੇਸ਼ਨ ਕਰਨੀ ਹੈ, ਡਿਵੀਜ਼ਨ ਕਰਨੀ ਹੈ, ਇਹ ਸਾਰੇ ਓਪਰੇਸ਼ਨਸ ਹੋਣਗੇ ਵੇਰੀਅਸ ਨੰਬਰ ਸਿਸਟਮਸ ਦੇ ਵਿੱਚ, ਅਰਥਮੈਟਿਕ ਓਪਰੇਸ਼ਨਸ। ਉਸ ਤੋਂ ਬਾਅਦ ਨੈਕਸਟ ਹੈਗਾ ਜੀ ਵਨਸ ਐਂਡ ਟੂਜ਼ ਕੋਂਪਲੀਮੈਂਟ। ਅਸੀਂ ਇਹ ਵੀ ਕਰਨਾ ਸਿੱਖਾਂਗੇ ਵੀ ਵਨਸ ਕੋਂਪਲੀਮੈਂਟ ਕੀ ਹੁੰਦਾ ਹੈ ਅਤੇ ਟੂਜ਼ ਕੋਂਪਲੀਮੈਂਟ ਕਿਵੇਂ ਕਰੀਦਾ ਹੈ। ਨੈਕਸਟ ਹੈ ਫਲੋਟਿੰਗ ਪੁਆਇੰਟ ਰੀਪ੍ਰਜੈਂਟੇਸ਼ਨ, ਇਹ ਵੀ ਅਸੀਂ ਕਰਾਂਗੇ ਨੰਬਰ ਸਿਸਟਮਸ ਦੇ ਵਿੱਚ। ਨੈਕਸਟ ਸਾਡੀ ਯੂਨਿਟ ਸਟਾਰਟ ਹੋ ਜੂਗੀ ਕੋਡਸ ਐਂਡ ਪੈਰਿਟੀ, ਵੀ ਕੋਡਸ ਮਤਲਬ ਅਸੀਂ ਇੱਕ ਨੰਬਰ ਨੂੰ ਕੋਡਸ 'ਚ ਕਨਵਰਟ ਕਰਨਾ, ਇਨਫੋਰਮੇਸ਼ਨ ਨੂੰ ਕੋਡਸ 'ਚ ਕਨਵਰਟ ਕਰਨਾ, ਉਹ ਹੈਗੇ ਕੋਡਸ ਹੈ ਨਾ। ਅਤੇ ਕੰਸੈਪਟ ਆਫ ਕੋਡਸ ਆਪਾਂ ਦੇਖਾਂਗੇ, ਵੇਰੀਅਸ ਫੋਰਮਸ ਆਫ ਕੋਡਸ ਆਪਾਂ ਦੇਖਾਂਗੇ, ਜਿਵੇਂ ਸਾਡਾ BCD ਕੋਡ ਹੋ ਗਿਆ, XS3 ਕੋਡ ਹੋ ਗਿਆ, ਗ੍ਰੇ ਕੋਡਸ, ਕੰਸੈਪਟ ਆਫ ਪੈਰਿਟੀ, ਇਹ ਸਾਰੀਆਂ ਚੀਜ਼ਾਂ ਹੋ ਗਈਆਂ। ਕੰਸੈਪਟ ਆਫ ਪੈਰਿਟੀ ਆ ਗਿਆ। ਨੈਕਸਟ ਅਲਫਾ ਨੁਮੈਰਿਕ ਕੋਡਸ, ਇਹ ਕੋਡਸ ਜਿਹੜੇ ਹੁੰਦੇ ਨੇ ਇਹ ਹੁੰਦੇ ਨੇ ਜਿਨ੍ਹਾਂ 'ਚ ਸਾਡੇ ਕੋਲ ਨੰਬਰਸ ਵੀ ਹੁੰਦੇ ਨੇ ਅਤੇ ਨਾਲੇ ਅਲਫਾਬੈਟਸ ਵੀ ਹੁੰਦੇ ਨੇ, ਠੀਕ ਹੈ। ਇਸ ਟਾਈਪ ਦੇ ਕੋਡਸ ਨੂੰ ਆਪਾਂ ਕਹਿੰਦੇ ਹਾਂ ਅਲਫਾ ਨੁਮੈਰਿਕ ਕੋਡਸ। ਨੈਕਸਟ ਜਿਹੜਾ ਯੂਨਿਟ ਹੈ ਯੂਨਿਟ 4, ਉਹ ਸਾਡਾ ਕੰਟੇਨ ਕਰਦਾ ਹੈ ਲੋਜਿਕ ਗੇਟਸ ਐਂਡ ਫੈਮਲੀਜ਼। ਇਹਦੇ 'ਚ ਅਸੀਂ ਪੜ੍ਹਾਂਗੇ ਵੀ ਲੋਜਿਕ ਗੇਟਸ ਕੀ ਹੁੰਦੇ ਨੇ, ਹੈ ਨਾ, ਅਤੇ ਵੇਰੀਅਸ ਉਹਨਾਂ ਦੀ ਫੈਮਲੀਜ਼ ਕਿਹੜੀ ਕਿਹੜੀ ਹੁੰਦੀ ਹੈ, ਠੀਕ ਹੈ। ਇਸ 'ਚ ਸਾਡਾ ਆ ਗਿਆ ਕੰਸੈਪਟ ਆਫ ਪੋਜ਼ਿਟਿਵ ਐਂਡ ਨੈਗੇਟਿਵ ਲੋਜਿਕਸ ਕੀ ਨੇ, ਵੀ 0 ਲੋਜਿਕ ਕਿਆ ਹੈ, 1 ਲੋਜਿਕ ਕੀ ਹੈ, ਇਹ ਸਾਰੀਆਂ ਚੀਜ਼ਾਂ। ਨੈਕਸਟ ਇਟ ਵਿਲ ਬੀ ਟਰੂਥ ਟੇਬਲਸ ਆਫ ਗੇਟਸ, ਹੈ ਨਾ, ਵੇਰੀਅਸ ਗੇਟਸ ਜਿਵੇਂ ਐਂਡ, ਨੈਂਡ, ਔਰ, ਨੋਰ, ਇਹ ਸਾਡੇ ਕੋਲ ਗੇਟਸ ਹੋਣਗੇ। ਨੈਕਸਟ ਹੈ ਜੀ ਸਾਡਾ ਇੰਟਰੋਡਕਸ਼ਨ ਟੂ TTL ਐਂਡ CMOS, ਆਪਾਂ ਇਹਦੇ ਬਾਰੇ ਵੀ ਪੜ੍ਹਾਂਗੇ। ਨੈਕਸਟ ਹੈ ਜੀ ਯੂਨਿਟ 5, ਦੈਟ ਵਿਲ ਬੀ ਡੀਲਿੰਗ ਵਿਦ ਲੋਜਿਕ ਸਿੰਪਲੀਫਿਕੇਸ਼ਨਸ। ਲੋਜਿਕ ਸਿੰਪਲੀਫਿਕੇਸ਼ਨਸ ਵਿਲ ਇੰਕਲੂਡ ਬੁਲੀਅਨ ਐਲਜੈਬਰਾ, ਠੀਕ ਹੈ। ਨੈਕਸਟ ਇਸ ਡੀਮੋਰਗਨਸ ਥਿਊਰਮ, ਆਪਾਂ ਡੀਮੋਰਗਨਸ ਥਿਊਰਮ ਬਾਰੇ ਪੜ੍ਹਾਂਗੇ। ਦੈਨ ਕਾਰਨੋਟ ਮੈਪ ਹੋ ਗਿਆ ਸਾਡਾ, ਹੈ ਨਾ, ਰੀਪ੍ਰਜੈਂਟੇਸ਼ਨ ਵੀ ਕਿਵੇਂ ਤੁਸੀਂ ਅਰਥਮੈਟਿਕ ਓਪਰੇਸ਼ਨਸ ਨੂੰ ਸੋਲਵ ਕਰ ਸਕਦੇ ਹੋ, ਠੀਕ ਹੈ। ਨੈਕਸਟ ਹੈ ਸਾਡੇ ਕੋਲ ਯੂਨਿਟ 6, ਅਰਥਮੈਟਿਕ ਸਰਕਿਟਸ। ਇਹ ਜਿਹੜੇ ਸਰਕਿਟਸ ਨੇ ਦੈਟ ਵਿਲ ਗਿਵ ਯੂ ਅਰਥਮੈਟਿਕ ਓਪਰੇਸ਼ਨਸ ਆਊਟਪੁੱਟਸ, ਜਿਵੇਂ ਐਡਰਸ ਕੀ ਹੁੰਦੇ ਨੇ, ਸਬਟ੍ਰੈਕਟਰਸ ਕੀ ਹੁੰਦੇ ਨੇ, ਕੰਪਰੇਟਰ ਕੀ ਹੁੰਦਾ ਹੈ, ਹੈ ਨਾ, ਜਿਵੇਂ ਕੰਪਰੇਟਰ ਕਰਦਾ ਹੈ ਕੰਪੇਅਰ ਕਰਕੇ 2 ਬਿਟਸ ਨੂੰ, ਤੁਹਾਨੂੰ ਦੱਸ ਦੂਗਾ ਵੀ ਹਾਂ ਵੀ ਵੱਡੀ ਬਿੱਟ ਕਿਹੜੀ ਹੈ, ਛੋਟੀ ਬਿੱਟ ਕਿਹੜੀ ਹੈ, ਇਹ ਕੰਪਰੇਟਰ ਨੇ ਦੇਖਣਾ ਹੈ ਸਾਰਾ ਕੁਝ। ਨੈਕਸਟ ਹੈ ਸਾਡੇ ਕੋਲ ਯੂਨਿਟ 7, ਦੈਟ ਵਿਲ ਬੀ ਡੀਲਿੰਗ ਵਿਦ ਡੀਕੋਡਰਸ, ਮਲਟੀਪਲੈਕਸਰਸ ਐਂਡ ਡੀਮਲਟੀਪਲੈਕਸਰਸ। ਇਹਦੇ 'ਚ ਆਪਾਂ ਪੜ੍ਹਾਂਗੇ ਵੀ ਐਨਕੋਡਰਸ ਐਂਡ ਡੀ ਐਨਕੋਡਰਸ ਕੀ ਹੁੰਦੇ ਨੇ, ਹੈ ਨਾ, ਵੀ ਕਿਸੇ ਚੀਜ਼ ਨੂੰ ਇੱਕ ਕੋਡਡ ਫੋਰਮ 'ਚ ਕਨਵਰਟ ਕਰਨਾ, ਉਹਨੂੰ ਆਪਾਂ ਕਹਿੰਦੇ ਹਾਂ ਐਨਕੋਡਰਸ, ਹੈ ਨਾ, ਅਤੇ ਫਿਰ ਬਾਅਦ 'ਚ ਉਹਨੂੰ ਸਿੰਪਲ ਲੈਂਗੁਏਜ ਦੇ ਵਿੱਚ ਫਿਰ ਟ੍ਰਾਂਸਫੋਰਮ ਕਰਨਾ, ਉਹ ਹੁੰਦਾ ਸਾਡਾ ਡੀਕੋਡਰ। ਨੈਕਸਟ ਯੂਨਿਟ ਆ ਗਈ ਜੀ ਸਾਡੀ ਯੂਨਿਟ ਨੰਬਰ 8, ਦੈਟ ਇਜ਼ ਲੈਚਸ ਐਂਡ ਫਲਿੱਪ ਫਲੋਪਸ। ਲੈਚਸ ਐਂਡ ਫਲਿੱਪ ਫਲੋਪਸ ਕੀ ਹੁੰਦੇ ਨੇ, ਬੇਸਿਕਲੀ ਟਾਈਪਸ ਆਫ ਲੈਚਸ ਆਪਾਂ ਪੜ੍ਹਾਂਗੇ ਇਸ ਚੈਪਟਰ ਦੇ ਵਿੱਚ। ਡਿਫਰੈਂਸ ਬਿਟਵੀਨ ਅ ਲੈਚ ਐਂਡ ਅ ਫਲਿੱਪ ਫਲੋਪ ਕੀ ਹੁੰਦਾ ਹੈ ਜੀ ਡਿਫਰੈਂਸ, ਠੀਕ ਹੈ। ਅਤੇ ਲੈਪ ਅਤੇ ਫਲਿੱਪ ਫਲੋਪ
ਕੀ ਹੁੰਦੇ ਨੇ ਅਤੇ ਇਹਨਾਂ ਦੀਆਂ ਆਈਸੀਸ ਵੇਰੀਅਸ, ਉਹ ਵੀ ਆਪਾਂ ਦੇਖਾਂਗੇ। ਨੈਕਸਟ ਹੈ ਸ਼ਿਫਟ ਰਜਿਸਟਰਸ। ਯੋਰ ਯੂਨਿਟ ਨੰਬਰ 9 ਵਿਲ ਬੀ ਡੀਲਿੰਗ ਵਿਦ ਸ਼ਿਫਟ ਰਜਿਸਟਰਸ, ਦੈਟ ਇਜ ਸੀਰੀਅਲ ਇਨ ਪੈਰਲਲ ਆਊਟ, ਸੀਰੀਅਲ ਇਨ ਸੀਰੀਅਲ ਆਊਟ, ਪਫਰ ਰਜਿਸਟਰਸ ਆਪਾਂ ਦੇਖਾਂਗੇ ਕੀ ਹੁੰਦੇ ਨੇ। ਅਤੇ ਨੈਕਸਟ ਜਿਹੜੀ ਸਾਡੀ ਯੂਨਿਟ ਹੈ ਦੈਟ ਵਿਲ ਬੀ ਡੀਲਿੰਗ ਵਿਦ ਕਾਊਂਟਰਸ। ਠੀਕ ਹੈ, ਕਾਊਂਟਰਸ ਜਿਵੇਂ ਤੁਸੀਂ ਉਹਨੂੰ ਇਨਪੁੱਟ ਦਿੰਦੇ ਰਹੋਗੇ, ਉਹ ਕੀ ਕਰੂਗਾ, ਉਹ ਇੱਕ ਇੰਕਰੀਮੈਂਟ ਕਰਦਾ ਰਹੂਗਾ, ਹੈ ਨਾ, ਇੰਕਰੀਜ਼ ਕਰਦਾ ਰਹੂਗਾ ਵੈਲਿਊ 1, 2, 3, 4। ਦੈਨ ਬਾਇਨਰੀਜ ਅਪ ਐਂਡ ਡਾਊਨ ਕਾਊਂਟਰਸ, ਉਹੀ ਵੀ ਜੇ ਤੁਸੀਂ ਡਾਊਨ ਕਾਊਂਟਰਸ, ਜੇ ਜੇ ਤੁਸੀਂ ਆਪਣੀ ਜਿਹੜੀ ਕਾਊਂਟਿੰਗ ਹੈ ਉਹਨੂੰ ਡਿਕਰੀਮੈਂਟ ਕਰਨਾ ਹੈ ਫਿਰ ਡਾਊਨ ਕਾਊਂਟਰਸ ਯੂਜ਼ ਹੋਣਗੇ। ਜੇ ਤੁਸੀਂ ਬਾਇਨਰੀ ਅਪ ਕਾਊਂਟਰ ਯੂਜ਼ ਕਰੋ ਦੈਟ ਮੀਨਸ ਤੁਹਾਡੀ ਕਾਊਂਟਿੰਗ ਕੀ ਹੁੰਦੀ ਰਹੂਗੀ, ਇੰਕਰੀਜ਼ ਹੁੰਦੀ ਰਹੂਗੀ। ਨੈਕਸਟ ਇਜ਼ ਯੋਰ ਰਿੰਗ ਕਾਊਂਟਰ ਵਿਦ ਟਾਈਮਿੰਗ ਡਾਇਗਰਾਮ। ਆਪਾਂ ਰਿੰਗ ਕਾਊਂਟਰ ਵੀ ਦੇਖਾਂਗੇ ਵੀ ਇਹ ਕਿਵੇਂ ਵਰਕ ਕਰਦਾ ਹੈ। ਨੈਕਸਟ ਆ ਗਿਆ ਸਾਡਾ ਕਾਊਂਟਰਸ ਆਈਸੀਸ, ਇਹ ਵੀ ਆਪਾਂ ਦੇਖਾਂਗੇ। ਦੈਨ ਯੋਰ ਲਾਸਟ ਯੂਨਿਟ ਇਜ਼ ਡੀਲਿੰਗ ਵਿਦ ਕਨਵਰਟਰਸ। ਕਨਵਰਟਰਸ ਕੀ ਹੁੰਦੇ ਨੇ, ਦੋ ਤਰ੍ਹਾਂ ਦੇ ਹੁੰਦੇ ਨੇ ਜਿਹੜਾ ਅਸੀਂ ਇੱਥੇ ਦੇਖ ਰਹੇ ਹਾਂ। ਇੱਕ ਐਨਾਲੋਗ ਟੂ ਡਿਜੀਟਲ ਕਨਵਰਟਰ, ਇੱਕ ਹੁੰਦਾ ਡਿਜੀਟਲ ਟੂ ਐਨਾਲੋਗ ਕਨਵਰਟਰਸ। ਆਪਾਂ ਇਹਨਾਂ ਬਾਰੇ ਪੜ੍ਹਾਂਗੇ, ਉਸ ਤੋਂ ਬਾਅਦ ਫਿਰ ਇਹਨਾਂ ਦੀ ਐਪਲੀਕੇਸ਼ਨਸ ਨੂੰ ਦੇਖਾਂਗੇ। ਚਲੋ ਹੁਣ ਆਪਾਂ ਸਟਾਰਟ ਕਰਦੇ ਹਾਂ ਐਨਾਲੋਗ ਸਿਗਨਲਸ ਤੋਂ। ਨਾਓ ਫਸਟ ਵਨ ਇਜ਼ ਆਰ ਵਾਟ ਆਰ ਐਨਾਲੋਗ ਸਿਗਨਲਸ, ਹੈ ਨਾ। ਸਾਨੂੰ ਐਨਾਲੋਗ ਸਿਗਨਲਸ ਬਾਰੇ ਵੀ ਸਟੱਡੀ ਕਰਨਾ ਹੈ ਵੀ ਐਨਾਲੋਗ ਸਿਗਨਲਸ ਕੀ ਨੇ, ਤਾਂ ਹੀ ਆਪਾਂ ਡਿਫਾਈਨ ਕਰਾਂਗੇ ਵੀ ਹਾਂ ਵੀ ਹਾਊ ਇਜ਼ ਡਿਜੀਟਲ ਸਿਗਨਲ ਡਿਫਰੈਂਟ ਫਰੋਮ ਐਨਾਲੋਗ ਸਿਗਨਲ। ਫੇ ਅਤੇ ਐਨਾਲੋਗ ਸਿਗਨਲਸ ਜਿਹੜੇ ਹੁੰਦੇ ਨੇ ਦੇ ਆਰ ਡਿਫਾਈਂਡ ਐਜ ਸਿਗਨਲਸ ਹੈਵਿੰਗ ਕੰਟੀਨਿਊਸ ਵੈਲਿਊਜ਼। ਇਹਨਾਂ ਸਿਗਨਲਾਂ ਦੀ ਜਿਹੜੀ ਵੈਲਿਊ ਹੁੰਦੀ ਹੈ ਉਹ ਕੰਟੀਨਿਊਸ ਨੇਚਰ ਦੀ ਹੁੰਦੀ ਹੈ। ਕੰਟੀਨਿਊਸ ਮੀਨਸ ਇਹਨਾਂ 'ਤੇ ਕੋਈ ਪਰਟੀਕੁਲਰ ਵੈਲਿਊ ਨਹੀਂ ਹੁੰਦੀ। ਠੀਕ ਹੈ, ਜਿਵੇਂ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂ, ਜਾਂ ਤਾਂ ਟੈਂਪਰੇਚਰ ਹੋ ਸਕਦਾ 20 ਜਾਂ ਫਿਰ 25 ਜਾਂ ਫਿਰ 30, ਓਨਲੀ 3 ਵੈਲਿਊਜ਼। ਇਹ ਐਨਾਲੋਗ ਸਿਗਨਲਸ ਨਹੀਂ ਨੇ। ਐਨਾਲੋਗ ਸਿਗਨਲ ਕਿਹੜਾ ਹੋਇਆ, ਟੈਂਪਰੇਚਰ ਦੀ ਵੈਲਿਊ ਕੋਈ ਵੀ ਹੋ ਸਕਦੀ ਹੈ, ਜਾਂ ਤਾਂ 20, ਹੈ ਨਾ, ਜਾਂ ਫਿਰ 20.1 ਹੋ ਸਕਦੀ ਹੈ, 20.2 ਹੋ ਸਕਦੀ ਹੈ, ਵਿੱਚ ਵਾਲੀ ਵੈਲਿਊ ਵੀ ਹੋ ਸਕਦੀ ਹੈ ਨਾ, ਕੁਝ ਵੀ ਹੋ ਸਕਦੀ ਹੈ। ਸੋ ਦੇ ਹੈਵ ਇਨਫਾਨਾਈਟ ਨੰਬਰਸ ਆਫ ਡਿਫਰੈਂਟ ਵੈਲਿਊਜ਼। ਇਹਨਾਂ ਦੀ ਵੈਲਿਊਜ਼ ਇਨਫਾਨਾਈਟ ਨੰਬਰ ਹੁੰਦੀਆਂ ਨੇ। ਠੀਕ ਹੈ, ਫੋਰ ਐਗਜ਼ਾਮਪਲ ਤੁਸੀਂ ਟੈਂਪਰੇਚਰ ਦੀ ਗੱਲ ਲਾ ਲਓ, ਟੈਂਪਰੇਚਰ ਦੀ ਵੈਲਿਊ ਬਹੁਤ, ਮਤਲਬ ਕਾਫੀ ਵੇਰੀਏਬਲ ਹੁੰਦੀ ਹੈ ਨਾ। ਅਤੇ ਪ੍ਰੈਸ਼ਰ ਹੋ ਗਿਆ, ਡਿਸਟੈਂਸ ਹੋ ਗਿਆ, ਅਤੇ ਸਾਊਂਡ ਹੋ ਗਈ, ਜਿਹੜੀ ਜਿਵੇਂ ਮੈਂ ਹੁਣ ਗੱਲ ਕਰ ਰਹੀ ਹਾਂ, ਦੈਟ ਇਜ਼ ਇਨ ਫੋਰਮ ਆਫ ਦਿਸ ਵੇਵ ਫੋਰਮ। ਜਿਹੜੀ ਆਹ ਵੇਵ ਫੋਰਮ ਹੈਗੀ ਆ, ਕੁਝ ਇਸ ਵੇਵ ਫੋਰਮ 'ਚ ਮੇਰੀ ਵੋਇਸ ਤੁਹਾਡੇ ਤੱਕ ਪਹੁੰਚ ਰਹੀ ਹੋਣੀ ਹੈ। ਸੋ ਐਨਾਲੋਗ ਸਿਗਨਲਸ ਆਰ ਕੰਟੀਨਿਊਸ ਇਨ ਨੇਚਰ ਐਂਡ ਹੈਵ ਇਨਫਾਨਾਈਟ ਨੰਬਰ ਆਫ ਡਿਫਰੈਂਟ ਵੈਲਿਊਜ਼। ਜਿਹੜੇ ਇਹ ਇਸ ਟਾਈਪ ਦੇ ਸਿਗਨਲਸ ਹੁੰਦੇ ਨੇ ਉਹਨਾਂ ਨੂੰ ਅਸੀਂ ਬੋਲਦੇ ਹਾਂ ਉਹ ਐਨਾਲੋਗ ਸਿਗਨਲਸ ਹੁੰਦੇ ਨੇ। ਅਤੇ ਫਿਰ ਹੁਣ ਨੈਕਸਟ ਆ ਜਾਓ ਜੀ ਤੁਸੀਂ। ਨੈਕਸਟ ਹੈਗਾ ਜੀ ਸਾਡਾ ਡਿਜੀਟਲ ਸਿਗਨਲਸ। ਵੀ ਡਿਜੀਟਲ ਸਿਗਨਲਸ ਕੀ ਹੁੰਦੇ ਨੇ ਹੁਣ? ਡਿਜੀਟਲ ਸਿਗਨਲਸ ਇਜ਼ ਡਿਫਾਈਂਡ ਐਜ਼ ਦ ਸਿਗਨਲਸ ਵਿਚ ਹੈਜ਼ ਓਨਲੀ ਅ ਫਾਈਨਾਈਟ ਨੰਬਰ ਆਫ ਡਿਸਟਿੰਕਟ ਵੈਲਿਊਜ਼। ਜਿਹੜੇ ਡਿਜੀਟਲ ਸਿਗਨਲਸ ਹੁੰਦੇ ਨੇ ਇਹਨਾਂ ਦੀ ਪਰਟੀਕੁਲਰ ਫਾਈਨਾਈਟ ਨੰਬਰ ਆਫ ਡਿਸਟਿੰਕਟ ਵੈਲਿਊਜ਼ ਹੁੰਦੀਆਂ ਨੇ। ਠੀਕ ਹੈ, ਜਿਵੇਂ ਮੈਂ ਇੱਕ ਇੱਥੇ ਐਗਜ਼ਾਮਪਲ ਲੈ ਲਵਾਂ, ਇੱਥੇ ਸਾਡੇ ਕੋਲ ਸਿਰਫ ਦੋ ਵੈਲਿਊਜ਼ ਨੇ, ਹੈ ਨਾ। ਜਿਵੇਂ ਤੁਸੀਂ ਦੇਖ ਰਹੇ ਹੋ, ਪਹਿਲਾ ਵਾਲਾ ਹੋ ਗਿਆ 0, ਸੈਕਿੰਡ ਵਨ ਇਜ਼ 1, ਹੈ ਨਾ। ਜਾਂ ਤਾਂ 0 ਜਾਂ 1, ਹੈ ਨਾ, ਅਗੇਨ ਜਾਂ ਤਾਂ 0 ਜਾਂ 1, ਹੈ ਨਾ। ਇੱਥੇ 0 ਹੁਣ ਆ ਰਿਹਾ, ਦੈਟ ਮੀਨਸ ਜਿਹੜਾ ਇਹ ਸਿਗਨਲ ਹੈ ਇਟ ਇਜ਼ ਅ ਬਾਇਨਰੀ ਕਾਇੰਡ ਆਫ ਸਿਗਨਲ। ਬਾਇਨਰੀ ਸਿਗਨਲ ਮੀਨਸ ਇਟ ਹੈਜ਼ ਓਨਲੀ 2 ਵੈਲਿਊਜ਼, ਹੈ ਨਾ, 0 ਅਤੇ 1। ਅਤੇ ਮਤਲਬ ਇਹਦੀ ਵੈਲਿਊ ਜਾਂ ਤਾਂ 0 ਹੋ ਸਕਦੀ ਹੈ ਜਾਂ ਫਿਰ 1 ਹੋ ਸਕਦੀ ਹੈ, ਤੀਜੀ ਕੋਈ ਵੈਲਿਊ ਨਹੀਂ ਆਉਣੀ ਇੱਥੇ। ਦੀਸ ਸਿਗਨਲਸ ਆਰ ਨੋਟ ਕੰਟੀਨਿਊਸ ਇਨ ਨੇਚਰ। ਇਹ ਜਿਹੜੇ ਸਿਗਨਲ ਹੁੰਦੇ ਨੇ ਇਹ ਕੰਟੀਨਿਊਸ ਨਹੀਂ ਹੁੰਦੇ ਨੇ। ਜਿਵੇਂ ਆਪਾਂ ਪਹਿਲਾਂ ਐਨਾਲੋਗ ਸਿਗਨਲ ਵਾਲੇ ਪੜ੍ਹਿਆ ਬਾਰੇ ਪੜ੍ਹਿਆ ਸੀ ਪਿਛਲੀ ਸਲਾਈਡ 'ਚ, ਉਹਦੇ 'ਚ ਕੀ ਸੀ ਵੀ ਐਨਾਲੋਗ ਸਿਗਨਲਸ ਜਿਹੜੇ ਹੁੰਦੇ ਨੇ ਉਹ ਕੰਟੀਨਿਊਸ ਨੇਚਰ ਦੇ ਹੁੰਦੇ ਨੇ, ਬਟ ਜੇ ਅਸੀਂ ਡਿਜੀਟਲ ਸਿਗਨਲਸ ਬਾਰੇ ਗੱਲ ਕਰੀਏ ਇਹ ਕੰਟੀਨਿਊਸ ਨਹੀਂ ਹੁੰਦੇ ਨੇ। ਨੈਕਸਟ ਆ ਜਾਓ ਜੀ, ਵੇਰੀਅਸ ਡਿਜੀਟਲ ਸਿਗਨਲਸ ਆਰ। ਹੁਣ ਇੱਥੇ ਅਸੀਂ ਐਗਜ਼ਾਮਪਲ ਦੇਖ ਰਹੇ ਹਾਂ, ਤਿੰਨ ਟਾਈਪ ਦੇ ਡਿਜੀਟਲ ਸਿਗਨਲਸ ਮੈਂ ਇੱਥੇ ਇੰਕਲੂਡ ਕੀਤੇ ਨੇ। ਪਹਿਲਾਂ ਹੋ ਗਿਆ ਬਾਇਨਰੀ ਸਿਗਨਲ। ਠੀਕ ਹੈ, ਪਹਿਲਾਂ ਤਾਂ ਇੱਕ ਗੱਲ ਸਾਨੂੰ ਕਲੀਅਰ ਹੋਣੀ ਚਾਹੀਦੀ ਹੈ ਵੀ ਬਾਇਨਰੀ ਦਾ ਮਤਲਬ ਕੀ ਹੈ। ਬਾਇਨਰੀ, ਬਾਈ ਮੀਨਸ ਵਾਟ? ਬਾਈ ਦਾ ਮਤਲਬ ਹੁੰਦਾ ਹੈ ਜੀ 2। ਠੀਕ ਹੈ, ਦੈਟ ਮੀਨਸ ਜਿਹੜੇ ਇਸ ਟਾਈਪ ਦੇ ਸਿਗਨਲਸ ਹੁੰਦੇ ਨੇ ਇਹ ਉਹ ਸਿਗਨਲ ਹੁੰਦੇ ਨੇ ਜਿਨ੍ਹਾਂ ਦੀ ਸਿਰਫ 2 ਡਿਸਟਿੰਕਟ ਵੈਲਿਊਜ਼ ਹੁੰਦੀਆਂ ਨੇ। ਠੀਕ ਹੈ, ਇਹ ਉਸ ਟਾਈਪ ਦੇ ਸਿਗਨਲ ਹੁੰਦੇ ਨੇ ਜਿਨ੍ਹਾਂ ਦੀ ਜਿਹੜੀ ਡਿਸਟਿੰਕਟ ਵੈਲਿਊ ਹੈ ਉਹ ਸਿਰਫ 2 ਹੋਏਗੀ, ਜਾਂ ਤਾਂ 0 ਹੋਏਗੀ ਜਾਂ ਫਿਰ 1 ਹੋਏਗੀ। ਇਸ ਤੋਂ ਤੀਜੀ ਕੋਈ ਵੈਲਿਊ ਇਸ ਟਾਈਪ ਦੇ ਸਿਗਨਲ ਦੀ ਨਹੀਂ ਹੋਵੇਗੀ।
नेक्स्ट है जी साडा ऑक्टल सिग्नल। जी ऑक्टल सिग्नल्स होंगे ने इन्हों दिया 8 डिस्टिंक्ट वैल्यूज होंगे ने। हूँ मैं जो थोनों दसा ऑक्टल का मतलब की होंगे है, ऑक्ट का मतलब होंगे है जी 8, ठीक है। ऑक्टल मीनस 8, दैट मीनस इस टाइप के सिग्नल की 8 डिस्टिंक्ट वैल्यूज होनगियां फ्रॉम 0 to 7। ये 0 to 7 क्यों होनगियां ये आप अगे देखांगे, हाले सिर्फ एक एग्जाम्पल है वो हूँ तुम देखो। नैक्सट है जी थोड़ा हैक्सा डेसीमल सिग्नल्स। हूँ हैक्स, हैक्स का मतलब की है, हैक्सा डेसीमल का मतलब होंगे है 16। हैक्सा डेसीमल का मतलब होंगे है 16, दैट मीनस ए ओ सिग्नल्स होंगे जिन्हें 16 डिस्टिंक्ट वैल्यूज होनगियां, ठीक है। तो हैक्सा डेसीमल सिग्नल्स की 16 डिस्टिंक्ट वैल्यूज होनगियां, इस तो वध नहीं, ठीक है। ये है कि जी साढ़े कुछ टाइप्स ऑफ डिजिटल सिग्नल्स। नेक्स्ट आ जाओ जी, हेयर इज कंपैरिजन बिटवीन एनालॉग एंड डिजिटल सिग्नल्स। एक एनालॉग सिग्नल नूं तुसी डिजिटल सिग्नल तो किवें डिफरेंशिएट कर सकते हो, असी वो हुण इत्थे देखदे हां। फर्स्ट है जी एनालॉग सिग्नल्स आर डिफिकल्ट टू गैट एनालाइज्ड एट फर्स्ट। ओबियस जी गल है साढ़े को एक कॉन्टीन्यूअस वेव फॉर्म आ रही है जी, ठीक है। तो थोनू काफ़ी डिफिकल्टी होनी है उन्होंने देख भी, हाँ भी इतने थोड़ा सिग्नल थोनू की कहने की कोशिश कर रहा है ना। तो इतने आ गया डिजिटल सिग्नल्स आर ईजी टू एनालाइज। ओबियस जी गल है साढ़े को डिस्टिंक्ट वैल्यूज होंगी ने वो फाइनाइट होंगे ने, है ना। या तो जे असी बाइनरी की गल करिए या तो वह होएगा 0 या होएगा 1, है ना। जे असी ऑक्टल की गल करिए 0 to 7 कुछ भी होएगा, है ना। उस तो ना तो विचली वैल्यू होएगी ना फिर 7 तो वध वैल्यू होएगी। नैक्सट है जी थोड़ा एनालॉग सिग्नल्स टेक टाइम टू बी स्टोर्ड एज इट हैज़ इनफाइनाइट मैमरी। इट हैज़ इनफाइनाइट मैमरी, इन्हों स्टोर कर टाइम लगता जेडे एनालॉग सिग्नल्स होंगे ने। तो डिजिटल सिग्नल्स जोड़े होंगे ने दे कैन बी ईजली स्टोर्ड, असी जिमें फ्लिप फ्लॉप्स यूज कर लेंगे इन्हों स्टोर करने, है ना। तो काफ़ी कुछ टू रिकॉर्ड एन एनालॉग सिग्नल्स द टेक्नीक यूज प्रिजर्व्स द ओरिजिनल सिग्नल। जेडे जो असी एक एनालॉग सिग्नल रिकॉर्ड करते हैं जो ओरिजिनल सिग्नल है उन्होंने असी प्रिजर्व करके रखते हैं, ठीक है। इन रिकॉर्डिंग डिजिटल सिग्नल्स द सैंपल सिग्नल्स आर टेकन एंड प्रिजर्वड। एक साड़ी टेक्नीक यूज होंगी है जी सैंपलिंग। असी की करते हैं जोड़ा साढ़े को सिग्नल आता है वो सैंपलिंग करते हैं तो दैन असी सेव करते हैं या स्टोर करते हैं। नैक्सट है जी साडा देयर इज़ अ कॉन्टीन्यूअस प्रेजेंटेशन ऑफ सिग्नल्स इन एनालॉग सिग्नल। तो ये तो सानू पता ही है भी हाँ भी जोड़े एनालॉग सिग्नल्स होंगे वो कॉन्टीन्यूअस नेचर के होंगे है, तो उ सानू हाले दस रहे हैं। एंड देयर इज़ डिसकॉन्टीन्यूअस रीप्रजेंटेशन ऑफ सिग्नल्स इन डिजिटल सिग्नल्स। ये भी सानू पता है जी, है ना, भी जोड़े डिजिटल सिग्नल्स होंगे वो डिसकॉन्टीन्यूअस होंगे है, या तो जमा 0 होएगा या 1 होएगा, है ना। तो विचली वैल्यू कोई नहीं होएगी, दैट मीनस दे आर डिसकॉन्टीन्यूअस इन नेचर। नैक्सट हैगा जी थोड़ा एनालॉग सिग्नल्स प्रोड्यूस टू मच नॉइस। जोड़े एनालॉग सिग्नल्स होंगे ने बहुत ज़्यादा नॉइस प्रोड्यूस करते हैं। द डिजिटल सिग्नल्स डू नॉट प्रोड्यूस नॉइस। ये साढ़े जोड़े सिग्नल्स होंगे डिजिटल ये नॉइस नहीं प्रोड्यूस करते नहीं। नैक्सट है एग्जाम्पल ऑफ एनालॉग सिग्नल्स आर ह्यूमन वॉइस, थर्मोमीटर, एनालॉग फोन्स एटसैक्ट्रा, है ना। जिमें ह्यूमन वॉइस हूँ मेरी वॉइस है, तुसी सारे सुन रहे हो, ये एक फॉर्म की कॉन्टीन्यूअस वॉइस है, है ना। इट इज़ अ एनालॉग सिग्नल, वॉइस सिग्नल इज़ अ एनालॉग सिग्नल। द एग्जाम्पल ऑफ डिजिटल सिग्नल्स आर जिमें हूँ कंप्यूटर्स हो गए तुसी यूज़ कर रहे हो, और बेसिकली की हो रहा होएगा डिजिटल सिग्नल्स ही जा रहे होंगे। तो डिजिटल फोन्स हो गए, है ना, डिजिटल पेन्स हो गया, दीज आर एग्जाम्पल्स ऑफ डिजिटल सिग्नल्स। नैक्सट है जी थोड़ा ये आ गया एडवांटेजेस ऑफ डिजिटल सिग्नल्स ओवर एनालॉग सिग्नल्स, है ना। भी डिजिटल सिग्नल एक एनालॉग सिग्नल तो किवें वधिया है। फर्स्ट आ गया जी सिक्योर, जेडे साडे डिजिटल सिग्नल्स होंगे ने ये मोर सिक्योर होंगे ने एज कंपेयर टू एनालॉग सिग्नल। तो एक होर गल ए जब नॉइज एना च इंट्रोड्यूस होंगी है ये डैमेज नहीं होंगे, दे डू नॉट गैट डैमेज बाय नॉइज। नैक्सट है जी साडा बैंडविड्थ,
दी सिग्नल्स यूज लो बैंडविड्थ, जिवें कि मैं थोनों पहला भी किया, इन्हां दी जिहड़ी लिमिट हुंदी है वो फाइनाइट हुंदी है ना, वैल्यूज फाइनाइट हुंदियां ने, तां करके इन्हां दी जिहड़ी बैंडविड्थ है, रिक्वायरमेंट है, वो भी की है साडी लो है। नैक्सट है जी साडा लोंग डिस्टेंस, जिहड़ा एक डिजिटल सिग्नल है वो लोंग डिस्टेंस ट्रैवल करन लई कैपेबल है। ठीक है, जिहड़ी थोड़ी सिग्नल ट्रांसमिशन है वो आराम नाल हो जाएगी इन लोंग लेंथी डिस्टेंसेस। नैक्सट है जी थोड़ा रेट ऑफ ट्रांसमिशन, भी रेट ऑफ ट्रांसमिशन की हुंदा है, भी तुसी किन्नी छेती कोई सिग्नल नू ट्रांसफर कर रहे हो, है ना, रेट ऑफ बिट्स दैट आर बीइंग ट्रांसमिटेड। डिजिटल सिग्नल हैज़ अ हायर रेट ऑफ ट्रांसमिशन, तुसी इस च काफ़ी हाई रेट च की कर सकते हो, ट्रांसमिशन कर सकते हो बिट्स दा। ठीक है, नैक्सट है ਸਾਡਾ ਜੀ ਇੱਥੇ ਕੰਪਿਊਟਰ ਲੈਂਗੁਏਜ, ਹੈ ਨਾ, ਬਾਈ ਯੂਜਿੰਗ ਦੀਸ ਸਿਗਨਲਸ ਵੀ ਕੈਨ ਟਰਾਂਸਲੇਟ ਦ ਮੈਸੇਜਸ ਆਡੀਓ ਵੀਡੀਓਜ਼ ਇਨ ਟੂ ਡਿਵਾਈਸ ਲੈਂਗੁਏਜ। ਜਿਵੇਂ ਕਿ ਸਾਨੂੰ ਪਤਾ ਹੀ ਹੈ ਜਿਹੜਾ ਕੰਪਿਊਟਰ ਲੈਂਗੁਏਜ ਹੈ ਉਹ ਸਾਡੀ ਲੈਂਗੁਏਜ ਤੋਂ ਮਤਲਬ ਸੇਮ ਨਹੀਂ ਹੈਗਾ, ਦੋਨਾਂ 'ਚ ਫਰਕ ਹੈ। ਠੀਕ ਹੈ, ਅ ਸਿੰਪਲ ਮੈਨ ਕੈਨੋਟ ਅੰਡਰਸਟੈਂਡ ਕੰਪਿਊਟਰ ਲੈਂਗੁਏਜ, ਓਨਲੀ ਡਿਜੀਟਲ ਸਿਗਨਲਸ ਕੈਨ ਬੀ ਯੂਜ ਟੂ ਕਮਿਊਨੀਕੇਟ ਥਰੂ ਕੰਪਿਊਟਰਸ ਔਨ ਐਨੀ ਔਰ ਐਨੀ ਡਿਜੀਟਲ ਡਿਵਾਈਸ। ਇਫ ਯੂ ਵਾਂਟ ਟੂ ਕਮਿਊਨੀਕੇਟ to computer or any digital device, you will have to communicate by using digital signals only. Sirf tuse digital signals use karoge computer language nu ki kehnde hai samjhan layi ya fir computer nu command den layi. Theek hai, next aage ji sada multidirectional. Digital signals are enable nahi digital signals enable the transmission of multidirectional concurrency. Theek hai, eh sanu pata hi hai. Next aajo ji स्टोर्ड, ए जे जिहड़ा ये डाटा है डिजिटल फॉर्म च, ए दिस कैन बी ईजीली स्टोर्ड एंड प्रोसैसड, इनू तुसीं बहुत वधिया तरीके नाल स्टोर भी कर सकते हो ते प्रोसैस भी कर सकते हो। नैक्सट है जी साडा कम्युनिकेशन इज ईजी, द कम्युनिकेशन बिटवीन द डिजिटल सिस्टम इज मच ईजीअर, है ना, जिवें साडे कोल दो डिजिटल सिस्टम्स ने वो आपस च भी कम्युनिकेशन आराम नाल कर सकते हैं थ्रू digital signals. Next is our accuracy, the digital systems are more accurate, hai na, ए जिहड़े सिस्टम्स ने ए बहुत ज़्यादा एक्यूरेट होंदे ने, ते रीज़न भी सानूं पता है क्यों, क्योंकि इन्हां दी जिहड़ी वैल्यूज़ हुंदियां ने वो फाइनाइट हुंदियां ने। जिवें कि मैं जो एग्जाम्पल लवां एक बाइनरी सिस्टम दी, है ना, बाइनरी सिग्नल या तो वह होएगा जीरो या होएगा वन। ठीक है जी, जे जीरो सेंड होया दैट मीनस कोई इन्फॉर्मेशन है नहीं, जे वन होया दैट मीनस इट इज़ कैरिंग सम इनफॉर्मेशन। बेसिकली ये की है, ये सिस्टम बहुत एक्यूरेट ता करके है क्योंकि इस साडे कोल फाइनाइट वैल्यूज ने। ठीक है, तो अगे असी देखते हैं एप्लीकेशन ऑफ डिजिटल सिग्नल्स। हुण असी ये चीज़ा देख लिया भी डिजिटल सिग्नल की हुंदा है, तो एनालॉग सिग्नल की हुंदा है, है ना, तो डिजिटल सिग्नल एक एनालॉग सिग्नल तो किवें वधिया है, फिर असी ये देख लिया भी हाँ डिजिटल सिग्नल्स की एडवांटेजेस की ने। हुण साडे कोल जिहड़ा लास्ट टॉपिक हैगा है इस फर्स्ट यूनिट का इंट्रोडक्शन का, वो हैगा एप्लीकेशंस ऑफ डिजिटल सिग्नल्स, जिहड़े डिजिटल सिग्नल्स ने वह कित्थे कित्थे यूज होंदे ने। दीज सिग्नल्स आर यूज इन वेरियस डिजिटल सिस्टम्स, ओबवियस जी गल है जो डिजिटल सिग्नल से वो यूज होंगे डिजिटल सिस्टम्स के, है ना, जिमें कि असी रजिस्टर्स यूज कर लें, इन्हों फ्लिप फ्लॉप से यूज करते हैं, काउंटर्स यूज करते हैं, माइक्रो प्रोसैसर से यूज करते हैं, डिजिटल कैलकुलेटर्स यूज करते हैं, तो कंप्यूटर से यूज करते हैं। दैट मीनस जो डिजिटल सिग्नल्स ने वो साडे डिजिटल वर्ल्ड के बहुत इंपॉर्टेंस रखते हैं, है ना, भी इतने कोई भी कम पॉसिबल नहीं है डिजिटल वर्ल्ड के, जे तुसी डिजिटल सिग्नल नू ना यूज़ करो,